ਆਓ ਗੁਰੂ ਸਵਾਰਿਓ, ਬਾਦਸ਼ਾਹ ਦਰਵੇਸ਼ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਨਾਲ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਇੱਕ ਵਾਕ ਹੈ, ਵੀਰ ਜੀ ਹੁਣੇ ਵੈਸੇ ਸਾੜਨ ਦਾ ਜ਼ਿਕਰ ਕਰ ਰਹੇ ਸੀ, ਗੁਰੂ ਸਾਹਿਬ ਨੇ ਵੀ ਜ਼ਿਕਰ ਕੀਤਾ ਬਾਣੀ ਵਿੱਚ। ਜਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵੀਸਰੈ। ਇੱਜ਼ਤ ਵੇਖੋ ਹਰ ਬੰਦੇ ਨੂੰ ਪਿਆਰੀ ਹੈ ਆਪਣੀ, ਤੇ ਇੱਜ਼ਤ ਕਰਕੇ ਹੀ ਵੀ ਮੇਰੀ ਇੱਜ਼ਤ ਹੋਵੇ ਵੱਧ ਤੋਂ ਵੱਧ, ਦੁਨੀਆਂ ਦੇ ਵਿੱਚ ਅਡੰਬਰ ਕੀਤੇ ਜਾ ਰਹੇ ਨੇ ਇਸੇ ਕਰਕੇ। ਕਾਹਦੇ ਵਾਸਤੇ? ਮੇਰੀ ਇੱਜ਼ਤ ਕਰਨ, ਮੇਰੇ ਰਿਸ਼ਤੇਦਾਰ, ਸਾਖ ਸੰਬੰਧੀ, ਦੋਸਤ ਮਿੱਤਰ ਮੇਰੀ ਇੱਜ਼ਤ ਕਰਨ। ਇੱਜ਼ਤ ਹਰ ਕਿਸੇ ਨੂੰ ਚਾਹੀਦੀ ਹੈ, ਪਰ ਇੱਕ ਗੱਲ ਸੱਚ ਕਰਕੇ ਜਾਣਿਓ, ਅਸਲ ਇੱਜ਼ਤ ਉਹ ਹੈ ਜਿਹੜੀ ਗੁਰੂ ਦੇ ਮਾਰਗ ਦੇ ਉੱਤੇ ਤੁਰ ਕੇ ਮਿਲਦੀ ਹੈ। ਦੁਨੀਆਂ ਦੇ ਲੋਕਾਂ ਦੇ ਕੋਲ ਵਾਧੂ ਸਰਟੀਫਿਕੇਟ ਪਏ ਨੇ ਤੁਹਾਨੂੰ ਇੱਜ਼ਤ ਦੇਣ ਵਾਸਤੇ, ਉਹ ਦੇ ਦੇਣਗੇ। ਜਿਹੜੇ ਭਾੜੇ ਲੈਣ ਵਾਲੇ ਨੇ, ਭਾੜੇ ਲੈ ਕੇ ਅਰਦਾਸਾਂ ਕਰਨ ਵਾਲੇ ਨੇ, ਉਹਨਾਂ ਦੇ ਕੋਲ ਗੁਰਮੁਖ ਪਿਆਰੇ ਦਾ ਸਰਟੀਫਿਕੇਟ ਤਿਆਰ ਹੀ ਹੁੰਦਾ। 100 ਦਾ ਨੋਟ ਉਹਨਾਂ ਦੇ ਹੱਥ ਦੇ ਵਿੱਚ ਫੜਾਓ, ਗੁਰਮੁਖ ਪਿਆਰੇ ਦਾ ਸਰਟੀਫਿਕੇਟ ਲੈ ਜਾਓ। ਤੁਸੀਂ ਗੁਰਮੁਖ ਹੋ ਨਹੀਂ ਹੋ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੇ ਤਿਆਰ ਕਰਕੇ ਰੱਖਿਆ, ਤੁਹਾਨੂੰ ਫੜਾ ਹੀ ਦੇਣਾ ਉਹਨਾਂ ਨੇ। ਕਿਉਂ? ਤੁਸੀਂ ਭਾੜਾ ਦਿੱਤਾ। ਹੁਣ ਇਸੇ ਤਰ੍ਹਾਂ ਦਾ ਜਿਵੇਂ ਗੁਰਮੁਖ ਪਿਆਰਿਆਂ ਦਾ ਸਰਟੀਫਿਕੇਟ ਰੋਜ਼ਾਨਾ ਹੀ ਨਿੱਤ ਵੰਡੇ ਜਾਂਦੇ ਨੇ, ਕਿਸੇ ਨੇ ਆਪਣੇ ਘਰ 'ਚ ਅਖੰਡ ਪਾਠ ਕਰਾ ਲਿਆ ਤੇ ਉੱਥੇ ਇਹ ਗੱਲ ਕਹਿ ਹੀ ਦੇਣੀ ਹੈ ਵੀ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਕੇ ਅਖੰਡ ਪਾਠ ਸਾਹਿਬ ਕਰਾਏ ਗਏ ਸੀ, ਇਹ ਗੁਰਮੁਖ ਪਰਿਵਾਰ ਨੇ ਕਰਾਏ ਨੇ। ਭਾਵੇਂ ਉਸੇ ਪਰਿਵਾਰ ਨੇ ਬਾਅਦ 'ਚ ਸ਼ਰਾਬ ਦੇ ਸਟਾਲ ਲਾਉਣੇ ਹੋਣ, ਅਸ਼ਲੀਲ ਗਾਣਿਆਂ ਦੇ ਉੱਤੇ ਨੱਚਣਾ ਹੋਵੇ, ਹੋਇਆ ਕਿ ਜੇ ਨੱਚਦੀ ਦੀ ਬਾਂਹ ਫੜ ਲਈ, ਇਹਨਾਂ ਗਾਣੇ 'ਤੇ ਨੱਚਣਾ ਹੋਵੇ, ਪਰ ਉਹ ਗੁਰਮੁਖ ਪਿਆਰਾ। ਕਿਉਂ ਹੈ? 100 ਦਾ ਨੋਟ ਦਿੱਤਾ ਜੀ ਉਹਨੇ, 2000 ਦਾ ਨੋਟ ਉਹਦੇ ਹੱਥ ਵਿੱਚ ਫੜਾ ਦਿੱਤਾ। ਅਸੀਂ ਤਾਂ ਇੱਦਾਂ ਦੀ ਇੱਜ਼ਤ ਭਾਲ ਰਹੇ ਹਾਂ, ਪੈਸੇ ਦੇ ਕੇ ਇੱਜ਼ਤ, ਵੀ ਫਲਾਣਿਆਂ ਦੇ ਵਿਆਹ 'ਚ ਗਏ ਸੀ ਅਸੀਂ ਆਹ ਦਿੱਤਾ ਸੀ, ਅਸੀਂ ਸੂਟ ਦੇ ਕੇ ਆਏ ਸੀ ਤਾਂ ਹੁਣ ਸਾਨੂੰ ਕੀ ਮਿਲੂਗਾ? ਕਿਸੇ ਨੂੰ ਸੂਟ ਨਾ ਮਿਲੇ ਉਹ ਵਿਚਾਰਾ ਰੁੱਸ ਜਾਂਦਾ ਵੀ ਸਾਡੇ ਆਏ ਦਾ ਫਾਇਦਾ ਕੀ ਹੋਇਆ। ਸਾਡੀ ਸੋਚ ਜਿਹੜੀ ਹੈ ਆਨੰਦ ਕਾਰਜ ਨੂੰ ਅਸੀਂ ਕਿੱਥੇ ਲੈ ਗਏ ਹਾਂ? ਕੇਵਲ ਲੱਚਰਤਾ, ਕੇਵਲ ਸ਼ਰਾਬ, ਕੇਵਲ ਸੂਟ, ਫਾਲਤੂ ਦੇ ਕਰਮ ਕਾਂਡ, ਫੋਕਟ ਕਰਮ ਕਾਂਡ, ਉਹਨਾਂ ਵਾਲੇ ਪਾਸੇ ਨੂੰ ਸਾਡੇ ਸਮਾਜ ਦਾ ਰੁਝਾਨ ਜਿਹੜਾ ਹੈ ਉਹ ਬਹੁਤਾਤ ਗਿਣਤੀ ਦੇ ਅੰਦਰ ਹੈ। ਪਰ ਜਿਸ ਇੱਜ਼ਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤੀ ਹੈ, ਉਸ ਇੱਜ਼ਤ ਵਾਲੇ ਪਾਸੇ ਨੂੰ ਕੋਈ ਧਿਆਨ ਹੀ ਨਹੀਂ ਦੇ ਰਿਹਾ। ਗੁਰੂ ਨੇ ਆਖਿਆ, ਕਹਿੰਦੇ ਅਸਲ ਇੱਜ਼ਤ ਪਤਾ ਕਿਹਦੀ ਹੈ? ਅਸਲ ਇੱਜ਼ਤ ਉਹਦੀ ਹੈ ਜਿਹਨੂੰ ਆਪਣੇ ਅੰਦਰ, ਸਾਡੇ ਸਾਰਿਆਂ ਦੇ ਅੰਦਰ ਵੇਖੋ ਰੱਬ ਬੈਠਾ। ਜਿਹੜਾ ਬੰਦਾ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੈ ਨਾ, ਜਿਹੜਾ ਅੰਦਰੋਂ ਉਹਦੀ ਖੇੜੇ ਦੇ ਵਿੱਚ ਹੈ, ਉਹਦੀ ਜ਼ਿੰਦਗੀ ਦੇ ਅੰਦਰ ਕਦੀ ਵੀ ਨਮੋਸ਼ੀ ਨਹੀਂ ਹੈ, ਟੈਨਸ਼ਨ ਨਹੀਂ ਹੈ, ਉਹਨੂੰ ਕਿਸੇ ਤਰ੍ਹਾਂ ਦਾ ਕੋਈ ਡਿਪਰੈਸ਼ਨ ਨਹੀਂ ਹੈ, ਉਹ ਅੰਦਰੋਂ ਖੁਸ਼ ਹੋ ਕੇ ਕਰ ਰਿਹਾ ਜੋ ਕਰ ਰਿਹਾ। ਸੱਚ ਕਰਕੇ ਜਾਣਿਓ, ਜਿਹੜਾ ਅੰਦਰੋਂ ਖੁਸ਼ ਹੈ ਨਾ, ਉਹਨੂੰ ਮਾਲਕ ਦੇ ਦਰ ਦੇ ਉੱਤੇ ਇੱਜ਼ਤ ਮਿਲ ਚੁੱਕੀ ਹੈ।
ਉਹਨੂੰ ਫਿਰ ਕਿਸੇ ਹੋਰ ਇੱਜ਼ਤ ਭਾਲਣ ਦੀ ਲੋੜ ਨਹੀਂ ਹੈ। ਦੁਨੀਆਂ ਦੇ ਲੋਕ ਭਾਵੇਂ ਲੱਖ ਗਾਲਾਂ ਕੱਢ ਲੈਣ, ਉਹ ਕਹਿੰਦਾ ਕੱਢੀ ਜਾਓ, ਮੈਨੂੰ ਤਾਂ ਮਾਲਕ ਦੇ ਦਰ ਦੇ ਉੱਤੇ ਇੱਜ਼ਤ ਮਿਲ ਗਈ ਹੈ। ਉਹ ਤਾਂ ਇਹ ਗੱਲ ਕਹਿੰਦਾ। ਤਾਂ ਹੀ ਉਹ ਤਾਂ ਭਗਤ ਕਬੀਰ ਜੀ ਨੇ ਗੱਲ ਆਖੀ ਸੀ ਨਾ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕਹੋ ਖਰੀ ਪਿਆਰੀ। ਉਹਨਾਂ ਨੂੰ ਪਤਾ ਹੈ ਵੀ ਨਿੰਦੀ ਜਾਓ, ਮੈਨੂੰ ਕੀ ਫਰਕ ਪੈਂਦਾ ਹੈ, ਮੈਨੂੰ ਤਾਂ ਮਾਲਕ ਦੇ ਦਰ ਦੇ ਉੱਤੇ ਇੱਜ਼ਤ ਮਿਲ ਚੁੱਕੀ ਹੈ। ਅਤੇ ਗੁਰੂ ਨੇ ਆਖਿਆ, ਕਹਿੰਦੇ ਇੱਜ਼ਤ ਜੇ ਤੂੰ ਚਾਹੁੰਦਾ ਹੈ ਤਾਂ ਉਹਦਾ ਤਰੀਕਾ ਇੱਕੋ ਹੈ, ਮਾਲਕ ਨਾਲ ਪ੍ਰੀਤ ਪੈਦਾ ਕਰ, ਅਤੇ ਜਿਹੜੀਆਂ ਦੁਨੀਆਂ ਦੀਆਂ ਰੀਤਾਂ ਨੇ ਇਹਨਾਂ ਨੂੰ ਸਾੜ ਕੇ ਸੁਆਹ ਕਰ ਦੇ। ਜਾਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਜਿਹਦੇ ਨਾਲ ਮਾਲਕ ਰੱਬ ਅਕਾਲ ਪੁਰਖ ਵਿਸਰ ਜਾਂਦਾ ਨਾ, ਉਸ ਰੀਤ ਨੂੰ ਸਾੜ ਕੇ ਸੁਆਹ ਕਰ। ਨਾਨਕ ਸਾਈ ਭਲੀ ਪ੍ਰੀਤ ਜਿੱਤ ਸਾਹਿਬ ਸੇਤੀ ਪਾਤਰ ਹੈ। ਪਤ ਦਾ ਮਤਲਬ ਹੁੰਦਾ ਇੱਜ਼ਤ। ਉਹ ਕੰਮ ਕਰ ਜਿਹਦੇ ਨਾਲ ਮਾਲਕ ਦੇ ਦਰ ਦੇ ਉੱਤੇ ਇੱਜ਼ਤ ਮਿਲ ਜਾਵੇ, ਆਪਣੇ ਅੰਦਰ ਉਹ ਪ੍ਰੀਤ ਪੈਦਾ ਕਰ। ਅਤੇ ਸੱਚ ਕਰਕੇ ਜਾਣਿਓ, ਦੋ ਹੀ ਗੱਲਾਂ ਨੇ ਸਿਰਫ। ਜੇ ਇਹ ਦੋ ਗੱਲਾਂ ਜ਼ਿੰਦਗੀ ਵਿੱਚ ਆ ਗਈਆਂ, ਸਾਡਾ ਸਭ ਕੁਝ ਕੀਤਾ ਸਫਲ ਹੈ। ਪਰ ਜੇ ਇਹ ਦੋ ਗੱਲਾਂ ਜ਼ਿੰਦਗੀ 'ਚ ਨਹੀਂ ਨਾ ਆਈਆਂ ਤਾਂ ਕੁਝ ਵੀ ਕੀਤਾ ਸਫਲਾ ਨਹੀਂ ਹੈ। ਹਰ ਇੱਕ ਬੰਦਾ, ਜਿੰਨੇ ਕੁ ਆਪਾਂ ਇੱਥੇ ਬੈਠੇ ਹਾਂ, ਰੋਜ਼ਾਨਾ ਗੁਰਦੁਆਰੇ ਆਉਂਦੇ ਹਾਂ, ਗੁਰੂ ਸਾਹਿਬ ਨੇ ਇੱਕ ਗੱਲ ਆਖੀ ਹੈ। ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਸਤਿਗੁਰ ਕੀ ਪ੍ਰਤੀਤ ਨਾ ਆਈਆ। ਪ੍ਰਤੀਤ ਦਾ ਮਤਲਬ ਹੁੰਦਾ ਭਰੋਸਾ। ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ। ਪਹਿਲੇ ਨੰਬਰ ਦੇ ਉੱਤੇ ਸਤਿਗੁਰੂ ਦੇ ਉੱਤੇ ਭਰੋਸਾ ਨਹੀਂ ਵੱਜਾ, ਤੇ ਦੂਸਰੇ ਨੰਬਰ ਦੇ ਉੱਤੇ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਵੀ ਨਹੀਂ ਪਿਆ। ਕਹਿੰਦੇ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਆ ਦੋ ਚੀਜ਼ਾਂ ਨਹੀਂ ਨਾ ਹੈਗੀਆਂ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਕਹਿੰਦੇ ਮੇਰੇ ਕੋਲ ਲਿਖ ਕੇ ਲੈ ਲਓ, ਉਸ ਨੂੰ ਸੁੱਖ ਨਾ ਉਪਜੇ। ਉਹਦੀ ਜ਼ਿੰਦਗੀ 'ਚ ਸੁੱਖ ਨਾਮ ਦੀ ਚੀਜ਼ ਕਦੀ ਨਜ਼ਰ ਵੀ ਨਹੀਂ ਆ ਸਕਦੀ, ਭਾਵੇਂ 100 ਗੇੜਾ ਆਵੋ ਜਾਓ, ਭਾਵੇਂ ਗੁਰਦੁਆਰੇ ਦੇ 100 ਗੇੜੇ ਮਾਰ ਲਿਓ ਇੱਕ ਦਿਨ ਦੇ ਵਿੱਚ, ਕੋਈ ਫਾਇਦਾ ਨਹੀਂ ਉਹਦਾ। ਹੁਣ ਹੋ ਕੀ ਰਿਹਾ ਵੀ ਸਾਨੂੰ ਆਉਂਦੇ ਨੂੰ ਗੁਰਦੁਆਰੇ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਹੋਣਗੇ, ਜਿਹਦੀ 60 ਸਾਲ ਦੀ ਉਮਰ ਹੈ ਉਹਨੇ ਕਿੰਨੇ ਗੇੜੇ ਮਾਰੇ ਹੋਣਗੇ ਆਪਣੀ ਜ਼ਿੰਦਗੀ ਦੇ ਅੰਦਰ, ਜਿਹਦੀ 50 ਸਾਲ ਦੀ ਉਮਰ ਹੈ ਉਹਨੇ ਕਿੰਨੇ ਗੇੜੇ ਮਾਰੇ ਹੋਣਗੇ, ਪਰ ਉਹ ਗੇੜੇ ਹੀ ਮਾਰੇ ਨੇ, ਬਸ ਗੇੜੇ ਹੀ ਮਾਰੇ ਨੇ। ਗੁਰਦੁਆਰਾ ਜਿਹੜਾ ਸੀਗਾ ਇਹ ਇੱਕ ਸਕੂਲ ਸੀਗਾ, ਇੱਥੇ ਆ ਕੇ ਕੁਝ ਸਿੱਖਣਾ ਸੀਗਾ। ਮਾਫ਼ ਕਰਿਓ, ਗੁਰਦੁਆਰਿਆਂ ਦੇ ਵਿੱਚ ਨਾ ਸਿਖਾਉਣ ਵਾਲੇ ਰਹਿ ਗਏ ਅਤੇ ਨਾ ਸਿੱਖਣ ਵਾਲੇ ਰਹਿ ਗਏ। ਇਹ ਤਾਂ ਇੱਕ ਪੂਜਾ ਕਰਨ ਦਾ ਅਸਥਾਨ, ਧਾਰਮਿਕ ਅਸਥਾਨ, ਜਿਵੇਂ ਅਗਲਿਆਂ ਨੇ ਆਪਣੇ ਧਾਰਮਿਕ ਅਸਥਾਨ 'ਚ ਮੂਰਤੀ ਲਾ ਲਈ ਹੈ, ਉੱਥੇ ਉਹ ਮੂਰਤੀ ਦੇ ਅੱਗੇ ਜਾ ਕੇ ਫੁੱਲ ਅਰਪਣ ਕਰ ਰਹੇ ਨੇ, ਮੱਥਾ ਟੇਕ ਰਹੇ ਨੇ। ਸੇਮ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੁਝ ਉਸੇ ਤਰ੍ਹਾਂ ਦਾ ਬਣਾਤਾ ਵੀ ਗੁਰੂ ਸਾਹਿਬ ਆਵਾਂਗੇ, ਤੁਹਾਨੂੰ ਫੁੱਲ ਵੀ ਚੜ੍ਹਾਵਾਂਗੇ, ਤੁਹਾਡੀ ਗੋਲਕ 'ਚ ਪੈਸੇ ਵੀ ਪਾ ਦਿਆਂਗੇ, ਜੋ ਤੁਸੀਂ ਕਹੋਗੇ ਇੱਧਰ ਚੱਕਰ ਵੀ ਲਾਵਾਂਗੇ, ਇੱਧਰ ਵੀ ਮੱਥਾ ਟੇਕਾਂਗੇ, ਉੱਧਰ ਵੀ ਟੇਕਾਂਗੇ, ਪਿੱਛੇ ਵੀ ਟੇਕਾਂਗੇ, ਇੱਧਰ ਵੀ ਟੇਕਾਂਗੇ, ਫਿਰ ਟੇਕਾਂਗੇ, ਕੜਾਹ ਪ੍ਰਸ਼ਾਦ ਲਵਾਂਗੇ, ਜਾਂਦੇ ਜਾਂਦੇ ਫਿਰ ਟੇਕਾਂਗੇ, ਬਾਅਦ 'ਚ ਮਿੱਟੀ ਲਾਵਾਂਗੇ ਬਾਹਰ ਵਾਲੀ, ਅਸੀਂ ਇਹ ਸਾਰਾ ਕੁਝ ਕਰਾਂਗੇ। ਪਰ ਦੋ ਕੰਮ ਨਹੀਂ ਸਾਡੇ ਕੋਲ ਹੋਣੇ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਪ੍ਰਤੀਤ ਅਤੇ ਪਿਆਰ, ਉਹ ਕੰਮ ਨਹੀਂ ਹੋ ਰਿਹਾ, ਬਾਕੀ ਸਭ ਕੁਝ ਹੋ ਰਿਹਾ। ਅਤੇ ਗੁਰੂ ਸਾਹਿਬ ਨੇ ਆਖਿਆ ਸੀ, ਕਹਿੰਦੇ ਭਾਵੇਂ ਕਰੀ ਜਾ ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ, ਗਾਇਆ ਹੋਇਆ ਤੇ ਸੁਣਿਆ ਹੋਇਆ ਕਿਹਨਾਂ ਦਾ ਥਾਂ ਪਊਗਾ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ, ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਜਿਹਨਾਂ ਨੇ ਗੁਰੂ ਦੀ ਆਗਿਆ ਨੂੰ ਵੀ ਸਤ ਸਤ ਕਰਕੇ ਮੰਨਿਆ ਹੈ, ਹੁਣ ਉਹ ਸਾਡੇ ਉੱਤੇ ਹੈ।
ਮੰਨਣਾ ਨਾ ਮੰਨਣਾ, ਇਹ ਗੱਲ ਮੈਂ ਪਰਸੋਂ ਵੀ ਆਖੀ ਸੀ ਵੀ ਕਿਸੇ ਦੇ ਉੱਤੇ ਕੁਝ ਥੋਪਿਆ ਨਹੀਂ ਜਾ ਸਕਦਾ, ਕਿਸੇ ਦੇ ਉੱਤੇ ਕੁਝ ਥੋਪਿਆ ਨਹੀਂ ਜਾ ਸਕਦਾ, ਕਿਉਂਕਿ ਗੁਰੂ ਦਾ ਸਿਧਾਂਤ ਹੀ ਇਹ ਨਹੀਂ ਹੈ। ਹਾਂ, ਗੁਰੂ ਸਾਹਿਬ ਇੱਕ ਮੈਸੇਜ ਦੇ ਸਕਦੇ ਨੇ, ਜੇ ਉਸ ਵਿਚਾਰ ਨੂੰ ਉਸ ਮੈਸੇਜ ਨੂੰ ਜ਼ਿੰਦਗੀ ਵਿੱਚ ਕਮਾ ਲਿਆ ਜਾਵੇ ਤਾਂ ਬੜੀ ਚੰਗੀ ਗੱਲ ਹੈ, ਅੰਦਰੋਂ ਬੰਦਾ ਸੁਖੀ ਹੋ ਜਾਂਦਾ ਹੈ, ਅਤੇ ਜੇ ਉਸ ਮੈਸੇਜ ਤੋਂ ਟੁੱਟੇ ਰਹੇ, ਗੁਰੂ ਦੇ ਉਪਦੇਸ਼ ਤੋਂ ਟੁੱਟੇ ਰਹੇ, ਤਾਂ ਫਿਰ ਦੁਖੀ ਤਾਂ ਉਹ ਆਪਾਂ ਸਾਰੇ ਹੈ ਹੀ ਹਾਂ, ਉਹ ਤਾਂ ਸਭ ਨੂੰ ਪਤਾ ਹੀ ਹੈ ਨਾ ਵੀ ਕਿੰਨੇ ਕੁ ਆਪਾਂ ਦੁਖੀ ਹਾਂ। ਹਰ ਇੱਕ ਬੰਦਾ ਆਪਣੇ ਅੰਦਰ ਦੀ ਜਾਣਦਾ, ਹਰ ਇੱਕ ਬੰਦਾ, ਉਹ ਵੀ ਜਾਣਦਾ ਜਿਹਨੇ ਆਪਣੇ ਧੀ ਪੁੱਤ ਦੇ ਵਿਆਹ 'ਤੇ ਸ਼ਰਾਬ ਪਿਆਈ ਸੀ, ਉਹ ਵੀ ਜਾਣਦਾ ਜਿਹਨੇ ਅਸ਼ਲੀਲ ਗਾਣੇ ਲਾਏ ਸੀ, ਉਹ ਵੀ ਜਾਣਦਾ ਜਿਹਨੇ ਰਸਮੋ ਰਿਵਾਜ਼ ਕੀਤੇ ਸੀ, ਉਹ ਹਰ ਕੋਈ ਬੰਦਾ ਜਾਣਦਾ ਕਿ ਜੋ ਕੁਝ ਕੀਤਾ ਉਹਦੇ ਨਾਲ ਬਣਿਆ ਕੁਝ ਨਹੀਂ, ਦੁਖੀ ਹੈ ਬਾਅਦ 'ਚੋਂ ਬੰਦਾ। ਸੋ ਜੇ ਗੁਰੂ ਦੀ ਵਿਚਾਰਧਾਰਾ ਜ਼ਿੰਦਗੀ ਦੇ ਵਿੱਚ ਆਵੇ ਫਿਰ ਇੱਕ ਜ਼ਿੰਦਗੀ ਦੇ ਅੰਦਰ ਕ੍ਰਾਂਤੀ ਆ ਸਕਦੀ ਹੈ। ਇੱਕ ਆਖਰੀ ਗੱਲ ਕਹਿ ਕੇ ਤੁਹਾਡੇ ਤੋਂ ਖਿਮਾ ਲੈਣਾ, ਜਿਹੜਾ ਇਹ ਕਾਰਜ ਕੀਤਾ ਹੈ ਨਾ, ਇਹ ਨਾ ਸੋਚਿਓ ਕਿ ਆਪਣੀ ਵਿਚਾਰਧਾਰਾ ਦੇ ਅਕੋਰਡਿੰਗ ਹੀ ਸਭ ਕੁਝ ਕਰ ਲਿਆ, ਕਿਉਂਕਿ ਕੁਝ ਵੱਖਰਾ ਕਰਨ ਦੀ ਗੱਲ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਈ ਹੈ। ਮੈਂ ਗੱਲ ਉਦਣ ਵੀ ਆਖੀ ਸੀ ਵੀ ਕਿਸੇ ਦੇ ਵੱਲ ਵੇਖ ਕੇ ਜਿਹੜਾ ਤੁਰਦਾ ਹੈ ਨਾ, ਦੇਖਾ ਦੇਖੀ ਸਭ ਕਰੇ ਮਨਮੁੱਖ ਬੁੱਝ ਨਾ ਪਾਏ, ਉਹਨਾਂ ਦੀ ਗਿਣਤੀ ਬੰਦਿਆਂ 'ਚ ਤਾਂ ਤੁਸੀਂ ਕਰ ਨਹੀਂ ਸਕਦੇ, ਇਨਸਾਨਾਂ ਦੇ ਵਿੱਚ, ਮਨੁੱਖਾਂ ਦੇ ਵਿੱਚ ਨਹੀਂ ਕਰ ਸਕਦੇ। ਜਿਹੜਾ ਕਿਸੇ ਦੂਜੇ ਦੇ ਵੱਲ ਵੇਖ ਕੇ ਤੁਰੇ ਉਹਨਾਂ ਦੀ ਗਿਣਤੀ ਹੁੰਦੀ ਭੇਡਾਂ ਦੇ ਵਿੱਚ। ਭੇਡ ਚਾਲ ਲਫ਼ਜ਼ ਹੀ ਇੱਥੋਂ ਆਇਆ ਸੀ। ਇੱਕ ਭੇਡ ਜੇ ਕਿਸੇ ਪਹਾੜੀ ਤੋਂ ਡਿੱਗਦੀ ਹੈ ਤੇ ਉਹ ਜੇ ਪਿੱਛੇ ਹੋਰ ਭੇਡਾਂ ਤੁਰੀਆਂ ਆ ਰਹੀਆਂ ਨੇ, ਉਹਨਾਂ ਨੇ ਕੋਈ ਸੋਚਣਾ ਨਹੀਂ, ਕੋਈ ਵਿਚਾਰ ਨਹੀਂ ਕਰਨੀ, ਸਾਰੀਆਂ ਨੇ ਛਾਲ ਮਾਰਨੀ। ਜੇ ਹੁਣ ਹੋ ਇਸੇ ਤਰ੍ਹਾਂ ਰਿਹਾ, ਇੱਕ ਭੇਡ ਤੁਰੀ ਉਹ ਕਹਿੰਦੀ ਮੈਂ ਸ਼ਰਾਬ ਪਿਆਵਾਂਗੀ, ਇੱਕ ਭੇਡ ਤੁਰੀ ਉਹ ਕਹਿੰਦੀ ਮੈਂ ਗਾਣੇ ਲਾਵਾਂਗੀ, ਬਾਕੀ ਭੇਡਾਂ ਤੁਰ ਗਈਆਂ ਪਿੱਛੇ। ਇਹ ਸਮਾਜ ਦੇ ਵਿੱਚ ਹੋ ਨਹੀਂ ਰਿਹਾ। ਹੁਣ ਇਹ ਜਿਹੜਾ ਐਗਜ਼ਾਮਪਲ ਸੈੱਟ ਕੀਤਾ ਗਿਆ, ਇਹ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸੈੱਟ ਕਰਨਾ ਸਿਖਾਇਆ। ਗੁਰੂ ਨਾਨਕ ਪਾਤਸ਼ਾਹ ਦੇ ਗਲ ਦੇ ਵਿੱਚ ਜਦੋਂ ਪੰਡਿਤ ਜਨੇਊ ਪਾਉਣ ਲੱਗਦਾ, ਹੁਣ ਉਸ ਸਮੇਂ ਤੁਸੀਂ ਵੇਖੋ ਇਸੇ ਤਰ੍ਹਾਂ ਜਿੱਦਾਂ ਤੁਸੀਂ ਅੱਜ ਬੈਠੇ ਹੋ ਨਾ ਸਾਰੇ ਰਿਸ਼ਤੇਦਾਰ ਪਰਿਵਾਰ ਵਾਲੇ, ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੂੰ ਜਿੱਦਣ ਜਨੇਊ ਪਾਇਆ ਜਾਣਾ ਉਦਣ ਵੀ ਇਸੇ ਤਰ੍ਹਾਂ ਰਿਸ਼ਤੇਦਾਰ ਇਕੱਠੇ ਸੀਗੇ। ਜਿਸ ਦਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਹੋਣਾ, ਉਸ ਦਿਨ ਵੀ ਸਾਰੇ ਰਿਸ਼ਤੇਦਾਰ ਇਸੇ ਤਰ੍ਹਾਂ ਇਕੱਠੇ ਸੀਗੇ। ਜਿਹੜੇ ਸਟੈਪ ਗੁਰੂ ਨਾਨਕ ਸਾਹਿਬ ਨੇ ਉੱਥੇ ਲਏ ਨਾ, ਉਹ ਸਾਨੂੰ ਇੱਕ ਜਾਚ ਸਿਖਾ ਜਾਂਦੇ ਨੇ ਜ਼ਿੰਦਗੀ ਜਿਉਣ ਦੀ। ਗੁਰੂ ਸਾਹਿਬ ਦੇ ਗਲ ਦੇ ਵਿੱਚ ਪੰਡਿਤ ਜਨੇਊ ਪਾਉਣ ਲੱਗਦਾ, ਗੁਰੂ ਸਾਹਿਬ ਉਹਦਾ ਹੱਥ ਫੜ ਲੈਂਦੇ ਨੇ, ਕਹਿੰਦੇ ਵੀ ਇਹ ਕੀ ਹੈ, ਕਿਉਂ ਪਾਉਣ ਲੱਗਾ ਮੈਨੂੰ? ਉਹ ਕਹਿੰਦਾ ਇਹ ਜਨੇਊ ਹੈ, ਜਿਹਦੇ ਗਲ ਦੇ ਵਿੱਚ ਪਾ ਦਿੱਤਾ ਜਾਵੇ ਉੱਚਾ ਹੋ ਜਾਂਦਾ। ਗੁਰੂ ਸਾਹਿਬ ਨੇ ਆਖਿਆ ਫਿਰ ਮੇਰੀ ਮਾਤਾ ਜੀ ਨੂੰ ਪਾਓ, ਇਹਨਾਂ ਦੇ ਤਨ ਦੇ ਉੱਤੇ ਮੈਂ ਅੱਜ ਤੱਕ ਜਨੇਊ ਨਹੀਂ ਵੇਖਿਆ। ਮੇਰੀ ਭੈਣ ਨੂੰ ਪਾਓ, ਇਹਨਾਂ ਦੇ ਤਨ ਦੇ ਉੱਤੇ ਮੈਂ ਅੱਜ ਤੱਕ ਜਨੇਊ ਨਹੀਂ ਵੇਖਿਆ। ਪੰਡਿਤ ਨੇ ਆਖਿਆ ਔਰਤ ਵਾਸਤੇ ਨਹੀਂ ਹੈ, ਔਰਤ ਤੇ ਸ਼ੂਦਰ ਵਾਸਤੇ ਨਹੀਂ ਹੈ, ਨਾਨਕ ਕੇਵਲ ਤੇਰੇ ਗਲ ਦੇ ਵਿੱਚ ਪਾਇਆ ਜਾ ਸਕਦਾ। ਗੁਰੂ ਸਾਹਿਬ ਨੇ ਆਖਿਆ ਜਿਹੜਾ ਜਨੇਊ ਸਮਾਜ 'ਚ ਵੰਡੀਆਂ ਪਾਉਂਦਾ ਹੋਵੇ, ਮੈਂ ਉਸ ਜਨੇਊ ਨੂੰ ਧਾਰਨ ਨਹੀਂ ਕਰ ਸਕਦਾ। ਪਰ ਇੱਕ ਜਨੇਊ ਪੰਡਿਤ ਜੀ ਮੈਂ ਤੁਹਾਨੂੰ ਦੱਸਾਂਗਾ, ਜੇ ਉਹ ਤੁਹਾਡੇ ਕੋਲ ਹੈ ਤਾਂ ਮੈਨੂੰ ਦੇ ਦਿਓ, ਮੈਂ ਪਾ ਲਵਾਂਗਾ। ਉਹ ਤੁਸੀਂ ਇੰਨੇ ਤਾਸਾ ਕੀ ਵਾਰ ਦੇ ਵਿੱਚ ਪੜ੍ਹਦੇ ਹੋ, ਦਇਆ ਕਪਾਹ ਸੰਤੋਖ ਸੂਤ, ਦਇਆ ਵਾਲਾ ਜਨੇਊ ਜਿਹੜਾ ਸਰੀਰ ਉੱਤੇ ਨਹੀਂ ਪੈਂਦਾ, ਮਨ ਉੱਤੇ ਪੈਂਦਾ। ਜ਼ਿੰਦਗੀ 'ਚ ਦਇਆ ਧਾਰਨ ਕਰਨੀ, ਸੰਤੋਖ ਧਾਰਨ ਕਰਨਾ। ਪਰ ਵੇਖੋ ਕੀ ਲੜਕੇ ਪਰਿਵਾਰ ਵਾਲਿਆਂ ਨੂੰ, ਲੜਕੀ ਪਰਿਵਾਰ ਵਾਲਿਆਂ ਦੇ ਉੱਤੇ ਦਇਆ ਆਉਂਦੀ ਹੈ ਕਿਸੇ ਤਰ੍ਹਾਂ ਦੀ, ਜਦੋਂ ਮੂੰਹ ਮੰਗ ਕੇ ਇੰਨਾ ਸਾਰਾ ਦਹੇਜ ਲੈਂਦੇ ਨੇ? ਕੋਈ ਸੰਤੋਖ ਹੈ?
ਇਹਦਾ ਮਤਲਬ ਜਨੇਊ ਪਿਆ ਨਹੀਂ ਅਜੇ ਮਨ ਦੇ ਉੱਤੇ। ਮਾਫ ਕਰਿਓ, ਉਹ ਜਨੇਊ ਕੇਵਲ ਪੰਡਿਤ ਨੇ ਨਹੀਂ ਸੀ ਪਾਉਣਾ, ਗੁਣਾ ਵਾਲਾ ਮੈਂ ਵੀ ਪਾਉਣਾ ਸੀਗਾ, ਅਸੀਂ ਸਾਰਿਆਂ ਨੇ ਪਾਉਣਾ ਸੀਗਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਾ ਹੱਥ ਹੈਗਾ ਤਾਂ ਬਣਾ ਦੇ। ਪੰਡਿਤ ਨੇ ਹੱਥ ਖੜੇ ਕਰਤੇ, ਕਹਿੰਦਾ ਮੇਰੇ ਕੋਲ ਨਹੀਂ ਹੈਗਾ। ਦੂਜੀ ਵਾਰ ਗੁਰੂ ਨਾਨਕ ਸਾਹਿਬ ਨੇ ਫਿਰ ਉਹੀ ਕਦਮ ਚੁੱਕਿਆ, ਉਹਨਾਂ ਦੇ ਆਨੰਦ ਕਾਰਜ ਦੀ ਗੱਲ ਆਈ ਤੇ ਇਹ ਆਖਿਆ ਗਿਆ ਵੀ ਵੇਦੀ ਦੇ ਆਲੇ ਦੁਆਲੇ ਅੱਗ ਬਾਲ ਕੇ ਵੇਦੀ ਦੇ ਆਲੇ ਦੁਆਲੇ ਤੁਹਾਡੇ ਫੇਰੇ ਹੋਣਗੇ। ਗੁਰੂ ਸਾਹਿਬ ਨੇ ਆਖਿਆ ਬਿਲਕੁਲ ਨਹੀਂ, ਮੈਂ ਅਗਨੀ ਨੂੰ ਕੋਈ ਰੱਬ ਨਹੀਂ ਮੰਨਦਾ, ਇਹਨੂੰ ਮੈਂ ਕੋਈ ਐਸਾ ਨਹੀਂ ਮੰਨਦਾ ਕਿ ਇਹ ਕੋਈ ਦੇਵਤਾ ਹੈ ਤੇ ਇਹਦੇ ਆਲੇ ਦੁਆਲੇ ਮੈਂ ਫੇਰੇ ਕਰਾਂ, ਮੈਂ ਉਸ ਮਾਲਕ ਨੂੰ ਸਾਹਮਣੇ ਰੱਖ ਕੇ ਹੀ ਸਭ ਕੁਛ ਕਰਾਂਗਾ। ਸੋ ਗੁਰੂ ਸਾਹਿਬ ਨੇ ਇਹ ਸਿੱਖਿਆ ਜਿਹੜੀ ਹੈ ਨਾ ਉਹ ਸਾਨੂੰ ਦਿੱਤੀ ਹੈ, ਤੇ ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਨਵੇਕਲੇ ਕੰਮ ਕੀਤੇ ਨੇ ਤੇ ਸਾਨੂੰ ਵੀ ਗੁਰੂ ਸਾਹਿਬ ਨੇ ਉਹੀ ਚੀਜ਼ ਸਿਖਾਈ ਹੈ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ। ਇੱਕ ਗੱਲ ਆਖਰੀ 'ਚ ਕਹਿੰਦਾ, ਕਈ ਕਹਿੰਦੇ ਜੀ ਸਾਦਾ ਆਨੰਦ ਕਾਰਜ, ਆਪਾਂ ਕਹਿੰਦੇ ਨਾ ਜੀ ਇਹਨਾਂ ਨੇ ਨਾ ਸਾਦਾ ਕੀਤਾ ਜੇ, ਕਿਉਂ ਜੀ ਸਾਦਾ ਕਿਉਂ ਹੈ, ਤੁਹਾਨੂੰ ਕਿਹਨੇ ਕਹਿਤਾ ਇਹ ਸਾਦਾ, ਸੱਚ ਕਰਕੇ ਜਾਣਿਓ ਇਹ ਸਾਦਾ ਨਹੀਂ ਹੈ, ਤੇ ਗੁਣਾਂ ਦੇ ਨਾਲ ਭਰਿਆ ਪਿਆ ਹੈ, ਜਿਹਦੇ ਬਾਰੇ 'ਚ ਗੁਰੂ ਸਾਹਿਬ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜਿਹਦੇ ਕੋਲ ਹੀਰੇ ਜਵਾਹਰਾਤ ਹੋਣ ਉਹ ਸਾਦਾ ਹੁੰਦਾ, ਬੜੀ ਅਮੀਰਤ ਵਾਲੀ ਗੱਲ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ, ਨਿਧਾਨਾ ਨਿਧਾਨਾ ਦਾ ਮਤਲਬ ਖਜ਼ਾਨਾ ਹੁੰਦਾ, ਜਿਹਦੇ ਕੋਲ ਖਜ਼ਾਨਾ ਹੋਵੇ ਉਹ ਬੰਦਾ ਕੋਈ ਸਾਦਾ ਹੁੰਦਾ। ਸਾਦੇ ਪਤਾ ਕਿਹੜੇ ਨੇ, ਸ਼ਰਾਬਾਂ ਪਿਆਉਣ ਵਾਲੇ, ਡੀਜੇ ਲਾਉਣ ਵਾਲੇ, ਫੋਕਟ ਰਸਮੋ ਰਿਵਾਜ ਕਰਨ ਵਾਲੇ, ਉਹ ਨੇ ਸਾਦੇ। ਕਿਉਂ ਨੇ ਸਾਦੇ, ਕਿਉਂਕਿ ਇੱਕ ਵੀ ਗੁਣ ਲੱਭਦਾ ਹੀ ਨਹੀਂ ਉੱਥੇ, ਨਾ ਸੱਤ ਲੱਭੇ, ਨਾ ਸੰਤੋਖ ਲੱਭੇ, ਨਾ ਦਇਆ, ਨਾ ਧਰਮ, ਨਾ ਧੀਰਜ, ਕੋਈ ਗੁਣ ਨਹੀਂ ਲੱਭਦਾ, ਸਾਦੇ ਉਹ ਨੇ। ਆਹ ਸਾਦਾ ਨਹੀਂ ਹੈ, ਇਹ ਗੁਣਾਂ ਦੇ ਨਾਲ ਭਰਿਆ ਪਿਆ, ਤੇ ਇਹ ਗੁਣ ਮੇਰੇ ਮਾਲਕ ਨੇ ਦਿੱਤੇ ਨੇ। ਬਸ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਵਿਚਾਰਾਂਗੇ ਨਾ ਵੀ ਮਾਲਕ ਨੂੰ ਸਮਰਪਿਤ ਹੋ ਕੇ ਜਿਸ ਦਿਨ ਅਸੀਂ ਤੁਰ ਪਵਾਂਗੇ ਉਸ ਦਿਨ ਸਾਨੂੰ ਪਤਾ ਲੱਗੇਗਾ। ਤੇ ਇੱਕ ਅਖੀਰ ਦੇ ਵਿੱਚ ਬੇਨਤੀ ਕਰਦਾ, ਸਿੱਖ ਰਹਿਤ ਮਰਿਆਦਾ ਦੇ ਵਿੱਚ ਤੁਸੀਂ ਖੁਦ ਜਾ ਕੇ ਪੜ੍ਹਿਓ ਆਨੰਦ ਕਾਰਜ ਦੇ ਚੈਪਟਰ ਹੇਠ ਜਿਹੜੀਆਂ ਗੱਲਾਂ ਲਿਖੀਆਂ ਨੇ, ਸਿਰਫ 2.5 ਪੰਨੇ ਨੇ, 2.5 ਪੰਨੇ, ਜੇ ਉਹ ਪੜ੍ਹ ਲਓਗੇ ਨਾ ਤੁਹਾਡੇ ਲੱਖਾਂ ਅਤੇ ਕਰੋੜਾਂ ਦੇ ਖਰਚੇ ਵੱਧ ਜਾਣਗੇ, ਜੇ ਉਹਨੂੰ ਪੜ੍ਹ ਕੇ ਕਿਤੇ ਧਾਰਨ ਕਰ ਲਿਆ ਜਾਵੇ ਜੋ ਗੱਲਾਂ ਉਹਦੇ ਵਿੱਚ ਲਿਖੀਆਂ ਹੋਈਆਂ ਨੇ। ਪਰ ਮਾਫ਼ ਕਰਿਓ, ਉਸ ਪਾਸੇ ਨੂੰ ਕੋਈ ਜਾਂਦਾ ਨਹੀਂ, ਗੁਰੂ ਦੀ ਵਿਚਾਰ ਵਾਲੇ ਪਾਸੇ ਨੂੰ ਕੋਈ ਆਉਂਦਾ ਨਹੀਂ। ਇਸੇ ਕਰਕੇ ਅੱਜ ਸਾਡੇ ਸਮਾਜ ਦੇ ਅੰਦਰ ਖੁਆਰੀ ਹੈ ਹਰ ਵਿਸਰਤ, ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਜਿਨ੍ਹਾਂ ਨੇ ਮਾਲਕ ਦਾ ਓਟ ਆਸਰਾ ਲੈ ਲਿਆ ਉਹ ਫਿਰ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਂਦੇ, ਉਹ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੁੰਦੇ ਨੇ। ਸੋ ਆਓ ਉੱਦਮ ਕਰੀਏ, ਜੇ ਆਪਾਂ ਕਰ ਸਕਦੇ ਹਾਂ ਕਿ ਆਪਣੀ ਜ਼ਿੰਦਗੀ ਦੇ ਅੰਦਰ ਕੁਝ ਐਸਾ ਕਰਨ ਦਾ ਅਸੀਂ ਵਿਚਾਰ ਬਣਾਈਏ। ਸਤਿਗੁਰੂ ਸਭਨਾਂ ਦੇ ਉੱਤੇ ਰਹਿਮਤ ਕਰਨ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ, ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।